ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸ ਧੰਨਵਾਦ ਕਰਦਾ ਪੂਰੀ ਲੋਕ ਸਭਾ ਖਡੂਰ ਸਾਹਿਬ ਦੇ ਆਪਦੇ ਸਾਥੀਆਂ ਦਾ, ਸਾਡੇ MLA ਸਾਹਿਬਾਨ, ਸਾਡੇ ਚੇਅਰਮੈਨ ਸਾਹਿਬਾਨ, ਬਲਾਕ ਪ੍ਰਧਾਨ, ਹਲਕਾ ਇੰਚਾਰਜ ਸਾਹਿਬਾਨ, ਵਾਰਡਾਂ ਦੇ ਪ੍ਰਧਾਨ, ਪਿੰਡਾਂ ਦੇ ਪ੍ਰਧਾਨ, ਹਰ ਇੱਕ ਉਸ ਸਾਥੀ ਦਾ ਜਿਹਨੇ ਦਾਸ ਲਈ ਦਿਨ ਰਾਤ ਪਿਛਲੇ 2.5 ਤੋਂ 3 ਮਹੀਨੇ ਕੰਮ ਕੀਤਾ, ਬੜੀ ਮਿਹਨਤ ਕੀਤੀ। ਇਹ ਦਾਸ ਨੂੰ ਪਤਾ ਵੀ ਹਰ ਸਾਥੀ ਨੇ ਦਿਲੋਂ ਤਨੋ ਮਨੋ ਧਨੋ ਹਰ ਤਰੀਕੇ ਨਾਲ ਮਿਹਨਤ ਕੀਤੀ। ਆਪਣਾ ਫਰਜ਼ ਆ ਮਿਹਨਤ ਕਰਨਾ, ਬੰਦੇ ਦਾ ਕੰਮ ਆ ਜ਼ਮੀਨ ਨੂੰ ਵਾਹੁਣਾ, ਉਹਦੇ 'ਚ ਬੀਜ ਪਾਉਣਾ, ਬਾਕੀ ਪਰਮਾਤਮਾ ਦੇ ਵਾਸਤੇ ਆ ਵੀ ਪਰਮਾਤਮਾ ਨੇ ਕਿਹੋ ਜਿਹਾ ਝਾੜ ਦੇਣਾ। ਬਾਕੀ ਸਾਥੀਓ, ਹੌਸਲੇ ਬੁਲੰਦ ਰੱਖਿਓ, ਅੱਗੇ ਵੀ ਆਪਾਂ ਜੇ ਮਿਹਨਤ ਕਰਦੇ ਰਹੇ ਤਾਂ 2022 'ਚ ਵੱਡੀ ਲੀਡ ਨਾਲ 92 MLA ਜਿਤਾ ਕੇ ਪੰਜਾਬ ਦੇ ਭੈਣਾਂ ਭਰਾਵਾਂ ਨੇ ਵਿਧਾਨ ਸਭਾ ਦੇ ਵਿੱਚ ਭੇਜੇ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ। ਉਸੇ ਤਰ੍ਹਾਂ ਸਾਥੀਓ, ਕੋਈ ਗੱਲ ਨਹੀਂ, ਇਹ ਫਤਵੇ ਸੰਗਤ ਦੇ ਆ ਅਤੇ ਮੈਨੂੰ ਸੰਗਤ ਦਾ ਫਤਵਾ ਸਿਰ ਮੱਥੇ, ਸੰਗਤ ਦਾ ਫਤਵਾ ਮਨਜ਼ੂਰ ਆ, ਕਿਉਂਕਿ ਇਹ ਸੰਗਤ ਆ ਗੁਰੂ ਦਾ ਰੂਪ ਆ। ਜੋ ਸੰਗਤ ਫਤਵਾ ਦੇਵੇ ਉਹਨੂੰ ਮਨਜ਼ੂਰ ਕਰਨਾ ਚਾਹੀਦਾ, ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ। ਅਤੇ ਜਿਹੜੇ ਉਮੀਦਵਾਰ ਜਿੱਤੇ ਆ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ, ਕਾਂਗਰਸ ਦੇ ਆ, ਆਮ ਆਦਮੀ ਪਾਰਟੀ ਦੇ ਆ, ਸਾਡੀ ਪਾਰਟੀ ਦੇ, BJP ਪਾਰਟੀ ਦੇ, ਪੂਰੇ ਦੇਸ਼ ਦੀ ਮੈਂ ਗੱਲ ਕਰ ਰਿਹਾ, BJP ਪਾਰਟੀ ਦੇ ਆ, ਜਾਂ ਕੋਈ ਆਜ਼ਾਦ ਆ, ਜਾਂ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ, ਜਿਹੜੇ ਵੀ ਉਮੀਦਵਾਰ ਜਿੱਤੇ ਆ ਉਹਨਾਂ ਸਾਰਿਆਂ ਨੂੰ ਮੁਬਾਰਕਾਂ। ਉਹਨਾਂ ਨੂੰ ਇਹੋ ਬੇਨਤੀ ਆ ਕਿ ਰਲ ਮਿਲ ਕੇ ਆਪਾਂ ਪੰਜਾਬ ਦਾ, ਭਾਰਤ ਦਾ ਭਲਾ ਕਰੀਏ, ਵਿਕਾਸ ਕਰੀਏ, ਬੁਲੰਦੀਆਂ 'ਤੇ ਲੈ ਕੇ ਜਾਈਏ। ਬਾਕੀ ਗਾਂਹ ਆਪਾਂ ਨੂੰ ਸਾਥੀਓ ਹੋਰ ਮਿਹਨਤ ਕਰਨ ਦੀ ਲੋੜ ਆ, ਕੁਝ ਗੱਲਾਂ ਸਿੱਖਣ ਦੀ ਲੋੜ ਆ ਵੀ ਜਿਹੜੇ ਨਾਲ ਸਾਡੇ ਸਾਥੀ ਆ ਵੀ ਉਹਨਾਂ ਦੇ ਕੰਮ ਕਿਵੇਂ ਕਰਨੇ ਆ, ਜਾਂ ਸੰਗਤ ਦੇ ਕੰਮ ਕਿਵੇਂ ਕਰਨੇ ਆ। ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਕੰਮ ਲੈ ਕੇ ਨਹੀਂ ਵੋਟਾਂ ਪਾਈਆਂ ਉਹਨਾਂ ਦਾ ਉਦੋਂ ਵੱਧ ਧੰਨਵਾਦ। ਅਤੇ ਗਾਂਹ ਹੋਰ ਵੀ ਸਿੱਖਣ ਨੂੰ ਬੜਾ ਕੁਝ ਮਿਲੂਗਾ ਅਤੇ ਕੰਮ ਕਰਦੇ ਰਹਾਂਗੇ। ਸਾਡਾ ਫਰਜ਼ ਆ ਸੇਵਾ ਕਰਨਾ, ਸੇਵਾਦਾਰ ਬਣ ਕੇ ਚੱਲਣਾ। ਅਤੇ ਜਿਸ ਦਿਨ ਦੀਆਂ ਵੋਟਾਂ ਪਈਆਂ ਉਦੋਂ ਤੋਂ ਅੱਜ ਤੱਕ ਦਾਸ ਦਫ਼ਤਰ 'ਚ ਬਹਿ ਕੇ ਭੈਣਾਂ ਭਰਾਵਾਂ ਦੇ ਫੇਰ ਕੰਮ ਕਰ ਰਿਹਾ। ਅੱਜ ਵੀ ਤੁਸੀਂ ਵੇਖ ਸਕਦੇ ਸੰਗਤ ਬੈਠੀ ਆ, ਦਫ਼ਤਰ ਦੇ ਵਿੱਚ ਵੀ ਸੰਗਤ ਬੈਠੀ ਆ, ਬਾਹਰ ਵੀ ਸੰਗਤ ਜਿਹੜੀ ਆਪਦੀ ਵਾਰੀ ਦਾ ਇੰਤਜ਼ਾਰ ਕਰਦੀ ਪਈ ਆ। ਅਤੇ ਇਹ ਨਾ ਕਰਕੇ ਅਸੀਂ ਹੁਣ ਵੀ ਇੱਥੋਂ ਚੰਡੀਗੜ੍ਹ ਚੱਲ ਜਾਈਏ ਜਾਂ ਇਹੋ ਜਿਹੀ ਗੱਲ ਨਹੀਂ, ਅਸੀਂ ਸੰਗਤ ਦੇ ਹਾਂ, ਸੰਗਤ ਦੇ ਵਿੱਚ ਰਵਾਂਗੇ, ਅੱਗੇ ਨਾਲੋਂ ਵੀ ਵੱਧ ਕੰਮ ਕਰਾਂਗੇ, ਅੱਗੇ ਨਾਲੋਂ ਵੀ ਵੱਧ ਮਿਹਨਤ ਕਰਾਂਗੇ। ਅੱਗੇ ਵੀ ਦਾਸ ਨੇ, ਜੇ ਕੋਈ ਭੈਣ ਭਰਾ ਇੱਥੇ ਦਫ਼ਤਰ ਆ ਗਿਆ ਨਾ, ਮੈਂ ਇਹ ਨਹੀਂ ਪੁੱਛਿਆ ਵੀ ਕਿਹੜੀ ਪਾਰਟੀ ਨਾਲ ਤੁਸੀਂ ਸੰਬੰਧ ਰੱਖਦੇ ਹੋ ਜਾਂ ਮੈਨੂੰ ਵੋਟ ਪਾਈ ਹੈ ਜਾਂ ਨਹੀਂ ਪਾਈ। ਦਾਸ ਨੇ ਉਸੇ ਵੇਲੇ ਖਿੜੇ ਮੱਥੇ ਕੰਮ ਕੀਤਾ, ਪਰ ਇਹ ਜ਼ਰੂਰ ਆ ਹੁਣ ਦਾਸ ਵੱਲੋਂ ਇਹ ਬੇਨਤੀ ਆ ਵੀ ਜੇ ਕੋਈ ਭੈਣ ਭਰਾ ਆਉਂਦਾ ਨਾ, ਉਹ ਪਿੰਡ ਵਾਲੇ ਆਗੂ ਨੂੰ ਨਾਲ, ਜਿਹੜੇ ਸਾਡੇ ਵਰਕਰ ਮਿਹਨਤ ਕਰਦੇ ਆ ਪਿੰਡ ਦੇ ਵਿੱਚ, ਉਹਨੂੰ ਜ਼ਰੂਰ ਮੈਂ ਕਰੂੰਗਾ ਕੋਸ਼ਿਸ਼ ਵੀ ਉਹਦੇ ਰਾਹੀਂ ਉਹ ਕੰਮ ਹੋਵੇ, ਤਾਂ ਜੋ ਜਦੋਂ ਕੱਲ੍ਹ ਨੂੰ ਵੋਟਾਂ ਆ ਅਤੇ ਉਹ ਜਿਹੜਾ ਸਾਡਾ ਸਾਥੀ ਆ, ਪਿੰਡ ਦਾ ਆਗੂ ਆ, ਪਿੰਡ ਦੇ ਸਾਡੇ ਵਰਕਰ ਨੇ, ਉਹ ਕੱਲ੍ਹ ਨੂੰ ਇਹ ਤਾਂ ਕਹਿ ਸਕਣ ਵੀ ਅਸੀਂ ਤੁਹਾਡਾ ਕੰਮ ਮੰਤਰੀ ਸਾਹਿਬ ਤੋਂ ਕਰਾ ਕੇ ਲਏ ਹਾਂ ਅਤੇ ਇਹ ਵੋਟ ਸਾਨੂੰ ਮੰਤਰੀ ਸਾਹਿਬ ਦੇ ਹੱਕ 'ਚ, ਸਾਡੇ ਹੱਕ 'ਚ, ਆਮ ਆਦਮੀ ਪਾਰਟੀ ਦੇ ਹੱਕ 'ਚ ਕਰ ਦਿਓ। ਇੱਥੇ ਮੈਂ ਤਾਂ ਇਹ ਭਲਮਾਨਸੀ ਰੱਖੀ ਕਿ ਕੋਈ ਵੀ ਮੇਰੇ ਕੋਲ ਇੱਥੇ ਦਫ਼ਤਰ ਆ ਗਿਆ ਨਾ, ਮੈਂ ਹਰੇਕ ਦਾ ਕੰਮ ਖਿੜੇ ਮੱਥੇ, ਭਾਵੇਂ ਕਿਸੇ ਦਾ ਜਿੱਡਾ ਮਰਜ਼ੀ ਵੱਡਾ ਕੰਮ ਸੀ, ਮੈਂ ਪਿੰਡ ਦੇ ਆਗੂ ਨੂੰ ਵੀ ਨਹੀਂ ਪੁੱਛਿਆ ਵੀ ਇਹ ਬੰਦਾ ਆਪਣੇ ਨਾਲ ਜਾਂ ਨਹੀਂ। ਮੈਂ ਤਾਂ ਇਹੋ ਕੀਤਾ ਵੀ ਆਪਾਂ ਸੇਵਾਦਾਰ, ਆਪਾਂ ਨੂੰ ਸੇਵਾ ਮਿਲੀ ਹੈ ਅਤੇ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਆ। ਸਵੇਰੇ 6 ਵਜੇ ਦਫ਼ਤਰ ਬਹਿ ਜਾਣਾ ਅਤੇ ਰਾਤ ਨੂੰ 2-2, 3-3 ਵਜੇ ਤੱਕ ਬਹਿ ਕੇ ਸੰਗਤ ਦੇ ਕੰਮ ਕਰਦੇ ਰਹੇ ਹਾਂ। ਅਤੇ ਚਲੋ ਕੋਈ ਗੱਲ ਨਹੀਂ, ਫਿਰ ਵੀ ਸੰਗਤ ਦਾ ਫਤਵਾ ਵਾ, ਪਰ ਇੰਨਾ ਕੁ ਥੋੜ੍ਹਾ ਜਿਹਾ ਸੁਧਾਰ ਜ਼ਰੂਰ ਕਰਾਂਗੇ।
ਵੀ ਜੇ ਕਿਸੇ ਭੈਣ ਭਰਾ ਦਾ ਕੰਮ ਆ ਉਹ ਪਿੰਡ ਵਾਲੇ ਆਗੂ ਪਿੰਡ ਵਾਲੇ ਵਰਕਰ ਨੂੰ ਜਾਂ ਸਾਡੇ ਜਿਹੜੇ ਵਾਰਡਾਂ ਦੇ ਵਿੱਚ ਆਗੂ ਨੇ ਵਾਰਡਾਂ ਦੇ ਪ੍ਰਧਾਨ ਆ ਜਾਂ ਜਿਹੜੇ ਸਾਡੇ ਅੱਗੇ ਲੱਗੇ ਆ ਮੋਢੀ ਸਾਡੇ ਵਰਕਰ ਨੇ ਉਹਨਾਂ ਨੂੰ ਨਾਲ ਲਿਆ ਕੇ ਕੰਮ ਕਰਾਂਗੇ ਤਾਂ ਜੋ ਅਗਲੇ ਨੂੰ ਵੀ ਯਾਦ ਰਹੇ ਵੀ ਮੈਂ ਪਿੰਡ ਦੇ ਵਰਕਰ ਨੂੰ ਨਾਲ ਲੈ ਕੇ ਕੰਮ ਕੀਤਾ। ਪਰ ਫਿਰ ਵੀ ਚਲੋ ਕੋਈ ਗੱਲ ਨਹੀਂ, ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਫਿਰ ਤੋਂ ਇੱਕ ਵਾਰ ਸਾਰੇ ਆਪਦੇ ਆਮ ਆਦਮੀ ਪਾਰਟੀ ਦੀ ਸਾਡੀ ਰੀੜ ਦੀ ਹੱਡੀ ਸਾਰੇ ਹੀ ਕੇਡਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ ਲਈ ਦਿਨ ਰਾਤ ਮਿਹਨਤ ਕੀਤੀ, ਖਾਸ ਕਰਕੇ ਪੱਟੀ ਹਲਕੇ ਦਾ। ਮੈਂ ਆਪਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਪੱਟੀ ਹਲਕੇ ਦੇ ਮੇਰੇ ਸਾਥੀਆਂ ਨੇ, ਮੇਰੀਆਂ ਭੈਣਾਂ ਨੇ, ਨੌਜਵਾਨਾਂ ਨੇ, ਬਜ਼ੁਰਗਾਂ ਨੇ, ਸਾਰਿਆਂ ਨੇ ਬੜੀ ਮਿਹਨਤ ਕੀਤੀ। ਮੈਂ ਸਾਰਿਆਂ ਦਾ ਫਿਰ ਤਹਿ ਦਿਲੋਂ ਧੰਨਵਾਦ ਕਰਦਾ। ਅਤੇ ਸਾਥੀਓ ਕੋਈ ਗੱਲ ਨਹੀਂ, ਜਦੋਂ ਦੋ ਭਲਵਾਨ ਘੁਲਦੇ ਆ ਤਾਂ ਉਦੋਂ ਇੱਕ ਨੇ ਜਿੱਤਣਾ ਹੁੰਦਾ, ਇੱਕ ਨੇ ਢਹਿਣਾ ਹੁੰਦਾ। ਕੋਈ ਗੱਲ ਨਹੀਂ, ਪੰਜ ਛੇ ਭਲਵਾਨ ਹੀ ਜਿਹੜੇ ਮੇਨ ਹੈਗੇ ਸੀ ਮੁਕਾਬਲੇ ਦੇ ਵਿੱਚ, ਚਲੋ ਇੱਕ ਨੇ ਜਿੱਤਣਾ ਹੁੰਦਾ, ਬਾਕੀਆਂ ਨੇ ਢਹਿਣਾ ਹੁੰਦਾ। ਕੋਈ ਗੱਲ ਨਹੀਂ, ਜੇ ਆਪਾਂ 22 ਦੇ ਵਿੱਚ ਵੱਡੀ ਲੀਡ ਨਾਲ ਜਿੱਤੇ ਹਾਂ ਅਤੇ ਜੇ 19-21 ਹੋ ਗਈ ਆ, ਕੋਈ ਗੱਲ ਨਹੀਂ, ਗਾਂ ਹੋਰ ਮਿਹਨਤ ਕਰਾਂਗੇ। ਇੱਥੋਂ ਆਪਾਂ ਨੂੰ ਕੋਈ ਨਾ ਕੋਈ ਸਿੱਖਣ ਨੂੰ ਮਿਲਿਆ, ਇੱਥੋਂ ਇਹ ਸਿੱਖਣ ਨੂੰ ਮਿਲਿਆ ਵੀ ਵੀਰੋ ਮਿਹਨਤ ਕਰਾਂਗੇ ਅਤੇ ਜਿੱਤਾਂਗੇ। ਇਹ ਗੱਲ ਮੈਂ ਕਿਉਂ ਕਹੀ, ਕਿਉਂਕਿ ਇੰਨੇ ਤੂਫਾਨ ਦੇ ਬਾਵਜੂਦ ਵੀ ਸਾਡੇ ਸਾਥੀਆਂ ਨੇ ਬਹੁਤੇ ਪਿੰਡ ਫਿਰ ਆਮ ਆਦਮੀ ਪਾਰਟੀ ਨੂੰ ਜਿਤਾ ਤੇ। ਕਿਉਂ ਜਿੱਤੇ? ਕਿਉਂਕਿ ਉਹਨਾਂ ਸਾਥੀਆਂ ਨੇ ਦੇਰ ਰਾਤ ਇੱਕ ਕਰਕੇ ਘਰ ਘਰ ਪਹੁੰਚ ਕੇ ਮਿਹਨਤ ਕੀਤੀ ਅਤੇ ਉਹ ਪਿੰਡ ਆਮ ਆਦਮੀ ਪਾਰਟੀ ਫਿਰ ਜਿੱਤੀ। ਅਤੇ ਇਹੋ ਹੀ ਹੁੰਦਾ ਹੈ ਵੀ ਜਦੋਂ ਕਿਸੇ ਪਾਰਟੀ ਦੀ ਜਿੰਨੀ ਮਰਜ਼ੀ ਵੇਵ ਹੋਵੇ, ਜਿੰਨਾ ਮਰਜ਼ੀ ਲੋਕਾਂ ਦਾ ਝੁਕਾਅ ਹੋਵੇ, ਅਤੇ ਉਹ ਪਿੰਡ ਫਿਰ ਉਹ ਸਾਥੀ ਜਿੱਤ ਜਾਂਦੇ ਆ ਜਿਨ੍ਹਾਂ ਨੇ ਮਿਹਨਤ ਕੀਤੀ ਹੋਵੇ, ਜਿਹਨੇ ਲੋਕਾਂ ਦੇ ਕੰਮ ਕਰਾਏ ਹੋਣ, ਜਿਹੜਾ ਲੋਕਾਂ ਦੇ ਵਿੱਚ ਰਿਹਾ ਹੋਵੇ ਅਤੇ ਜਿਹੜਾ ਲਗਾਤਾਰ ਲੋਕਾਂ ਨਾਲ ਰਾਬਤਾ ਬਣਾ ਕੇ ਰੱਖਦਾ ਹੋਵੇ। ਹੁਣ ਉਹਨਾਂ ਸਾਥੀਆਂ ਤੋਂ, ਉਹਨਾਂ ਸਰਪੰਚਾਂ ਤੋਂ, ਉਹਨਾਂ ਮੋਹਤਪੁਰਾਂ ਤੋਂ, ਉਹਨਾਂ ਵਾਰਡ ਦੇ ਐਮ ਸੀ ਸਾਹਿਬਾਨਾਂ ਤੋਂ ਆਪਾਂ ਨੂੰ ਸੇਧ ਲੈਣ ਦੀ ਲੋੜ ਹੈ ਵੀ ਜੇ ਉਹ ਆਪਦੀਆਂ ਵਾਰਡਾਂ ਆਪਦੇ ਪਿੰਡ ਜਿਤਾ ਸਕਦੇ ਆ ਅਤੇ ਅਸੀਂ ਵੀ ਜੇ ਮਿਹਨਤ ਕਰਦੇ, ਅਸੀਂ ਵੀ ਆਪਦੀਆਂ ਵਾਰਡਾਂ ਆਪਦੇ ਪਿੰਡ ਵੱਡੇ ਮਾਰਜਨ ਨਾਲ ਜਿਤਾ ਸਕਦੇ ਹਾਂ। ਜਿਨ੍ਹਾਂ ਨੇ ਆਪਣੀਆਂ ਵਾਰਡਾਂ ਆਪਦੇ ਪਿੰਡ ਜਿਤਾਏ, ਸਾਡੇ ਮੋਹਤਪੁਰ ਸਾਹਿਬਾਨਾਂ ਆਮ ਆਦਮੀ ਪਾਰਟੀ ਦਿਆਂ ਨੇ, ਮੈਂ ਪੂਰੀ ਲੋਕ ਸਭਾ ਖਡੂਰ ਸਾਹਿਬ ਦੇ ਉਹਨਾਂ ਸਾਥੀਆਂ ਦਾ ਸਿਰ ਨਵਾ ਕੇ ਧੰਨਵਾਦ ਕਰਦਾ, ਕਿਉਂਕਿ ਉਹਨਾਂ ਦੀ ਮਿਹਨਤ ਸਦਕਾ ਅਸੀਂ ਫਿਰ ਵੀ ਵੋਟ ਪ੍ਰਤੀਸ਼ਤ ਜਿਹੜੀਆਂ ਵੋਟਾਂ ਵਾ ਉਹ ਵੱਡੇ ਮਾਰਜਨ 'ਚ ਲੈ ਕੇ ਗਏ ਹਾਂ। ਉਹਨਾਂ ਦਾ ਧੰਨਵਾਦ ਅਤੇ ਬਾਕੀ ਵੀ ਸਾਰੇ ਸਾਥੀਆਂ ਦਾ ਧੰਨਵਾਦ। ਭਾਵੇਂ ਆਪਾਂ ਚਲੋ ਬੂਥਾਂ ਤੋਂ ਜਿੱਤਣ 'ਚ ਕਈਆਂ 'ਚੋਂ ਨਾਕਾਮ ਰਹੇ ਹਾਂ, ਪਰ ਮਿਹਨਤ ਕੀਤੀ ਤਾਂ ਹੀ ਵੋਟਾਂ ਪਈਆਂ। ਜੇ ਸਾਥੀਆਂ ਨੇ ਮਿਹਨਤ ਕੀਤੀ ਹੈ ਤਾਂ ਹੀ ਵੋਟਾਂ ਪਈਆਂ। ਮੈਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।